ਸਾਡੀ ਜੋ ਮੁਕਤਸਰ ਸਾਹਿਬ ਦੀ ਪੁਲਿਸ ਹੈ ਜੀ, ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਮੰਗਤ ਸਿੰਘ ਨਾਮ ਦਾ ਜੋ ਲੜਕਾ ਹੈਗਾ 19 ਸਾਲਾਂ ਦਾ, ਉਹ ਮਿਸਿੰਗ ਹੈਗਾ। ਅਤੇ ਪੈਰਲਲੀ ਇਹਦੇ ਨਾਲ ਹੀ ਸਾਨੂੰ ਇੱਕ ਔਰ ਇਨਫੋਰਮੇਸ਼ਨ ਮਿਲੀ ਸੀ ਕਿ ਨਹਿਰ ਦੇ ਨਾਲ ਇੱਕ ਜਗ੍ਹਾ ਹੈਗੀ ਜਿੱਥੇ ਖੂਨ ਦੇ ਕਾਫੀ ਧੱਬੇ ਪਏ ਹੈ ਅਤੇ ਉੱਥੇ ਡਰੈਗ ਮਾਰਕਸ ਹੈਗੀ। ਇਸ ਚੀਜ਼ ਨੂੰ ਦੇਖਦੇ ਹੋਏ ਅਤੇ ਕਨੈਕਟ ਕਰਦੇ ਹੋਏ ਜੋ ਸਾਡੇ SHO ਹੈਗੇ, ਉਹਨਾਂ ਨੇ ਲਿੰਕ ਕੀਤਾ ਕਿ ਇਹ ਕੋਈ ਜੋ ਅਨਹੋਨੀ ਘਟਨਾ ਵਾਪਰੀ ਹੋ ਸਕਦੀ। ਨਾਲ ਦੇ ਨਾਲ ਹੀ ਜਿੰਨੇ ਵੀ ਇਹਦੇ ਲਿੰਕ ਸੀਗੇ ਮੰਗਤ ਸਿੰਘ ਦੇ ਜੋ ਡਿਸੀਜ਼ ਹੈਗੇ, ਇਹਦੇ ਫੋਨ 'ਚੋਂ CDR ਵਰਕਆਊਟ ਕੀਤੀ ਗਈ ਅਤੇ ਨਾਲ ਹੀ ਜਿੰਨੇ ਦੇ ਐਸੋਸੀਏਟ ਸੀਗੇ ਉਹ ਕਾਬੂ ਕੀਤੇ ਗਏ। ਅਤੇ ਜੋ ਤਫਤੀਸ਼ ਹੋਈ, ਤਫਤੀਸ਼ ਤੋਂ ਇਹ ਪਤਾ ਲੱਗਿਆ ਕਿ 3 ਮੁੰਡੇ ਹੈਗੇ, ਉਹਨਾਂ 'ਚੋਂ ਇੱਕ ਜੁਵੇਨਾਈਲ ਹੈਗਾ ਅਤੇ ਅਸੀਂ ਉਹਦਾ ਨਾਮ ਨਹੀਂ ਦੱਸ ਸਕਦੇ ਤੁਹਾਨੂੰ, ਬਾਕੀ ਦੂਜਾ ਦਲੀਪ ਅਤੇ ਤੀਜਾ ਜਗਨਾਮ। ਜੋ ਇਹ 3 ਮੁੰਡੇ ਹੈਗੇ, ਇਹਨਾਂ ਨੇ ਮੰਗਤ ਦਾ ਮਰਡਰ ਕਰਕੇ ਉਹਦੀ ਬੋਡੀ ਨੂੰ ਨਹਿਰ ਵਿੱਚ ਸੁੱਟ ਦਿੱਤਾ। ਇਹਨਾਂ ਦੀ ਪਰਸਨਲ ਰੰਜਿਸ਼ ਸੀਗੀ ਇਹਦੇ ਨਾਲ ਸੀਗੇ, ਤਾਂ ਉਹਦੇ ਦੋਸਤ ਸੀ, ਉਹਨੂੰ ਸ਼ਰਾਬ ਪਿਲਾਉਣ ਦੇ ਬਹਾਨੇ ਨਾਲ ਲੈ ਗਏ ਉੱਥੇ, ਅਤੇ ਉੱਥੋਂ ਜਦੋਂ ਸ਼ਰਾਬ ਪਿਲਾ ਦੀ ਉਸ ਤੋਂ ਬਾਅਦ ਕਾਫੀ ਵਾਰ ਕਰਕੇ ਉਹਦਾ ਬੜੀ ਬੇਰਹਿਮੀ ਨਾਲ ਮਰਡਰ ਕੀਤਾ ਗਿਆ। ਅਤੇ ਉਹਦੀ ਜੋ ਬੋਡੀ ਨੂੰ ਅਤੇ ਐਵੀਡੈਂਸ ਨੂੰ ਮਿਟਾਉਣ ਲਈ ਉਹਦੀ ਬੋਡੀ ਨਹਿਰ ਵਿੱਚ ਸੁੱਟ ਦਿੱਤੀ ਗਈ। ਅਤੇ ਇਸ ਚੀਜ਼ ਨੂੰ ਲਿੰਕ ਕਰਦੇ ਹੋਏ ਅਸੀਂ ਮੰਗਤ ਸਿੰਘ ਦੇ ਜਿੰਨੇ 3 ਹਥਿਆਰੇ ਹੈਗੇ ਇਹਨਾਂ ਨੂੰ ਕਾਬੂ ਕੀਤਾ ਅਤੇ ਇਹਨਾਂ ਦੀ ਅਰੈਸਟ ਪਾਈ, ਅਤੇ ਨਾਲ ਮੰਗਤ ਦੀ ਬੋਡੀ ਵੀ ਰਿਕਵਰ ਕਰ ਲਈ। ਅਤੇ ਤਫਤੀਸ਼ ਚੱਲ ਰਹੀ ਹੈ ਅਤੇ ਐਵੀਡੈਂਸ ਇਕੱਠਾ ਹੋ ਰਿਹਾ, ਇਹਨੂੰ ਪ੍ਰੋਫੈਸ਼ਨਲੀ ਇਹਦੀ ਇਨਵੈਸਟੀਗੇਸ਼ਨ ਕਰਕੇ ਅਸੀਂ ਇਨਸ਼ੋਰ ਕਰਾਂਗੇ ਕਿ ਜੋ 3 ਮੁੰਡੇ ਹੈਗੇ ਇਹਨਾਂ ਨੂੰ ਸਜ਼ਾ ਮਿਲੇ। ਇਹ ਜੋ ਮੁੰਡੇ ਹੈਗੇ ਜੀ 17 ਸਾਲ, 18 ਸਾਲ, 19 ਸਾਲ ਦੇ ਯੰਗ ਮੁੰਡੇ ਸੀਗੇ। ਅਤੇ ਈਵਨ ਜੋ ਮੰਗਤ ਸਿੰਘ ਜੋ ਡਿਸੀਜ਼ ਹੈਗਾ ਉਹ ਵੀ 19 ਸਾਲ ਦਾ ਸੀਗਾ ਅਤੇ ਥਾਂਦੇਵਾਲ ਪਿੰਡ ਦੇ ਹੈਗੇ। ਕਾਰਨ ਇਹ ਸੀਗਾ ਇਹਨਾਂ ਦਾ ਕਿ ਇਹਨਾਂ ਨੂੰ ਸ਼ੱਕ ਸੀਗਾ ਕਿ ਕਿਸੇ ਇੱਕ ਦੀ ਬਹਿਣ ਦੇ ਨਾਲ ਮੰਗਤ ਦੇ ਰਿਲੇਸ਼ਨ ਸੀਗੇ, ਇਸ ਕਰਕੇ ਇਹਨਾਂ ਨੇ ਮੰਦੇ ਵਿੱਚ ਰੰਜਿਸ਼ ਰੱਖੀ ਹੋਈ ਸੀ ਅਤੇ ਪਲੈਨਿੰਗ ਕਰਕੇ ਉਹਦਾ ਮਰਡਰ ਕੀਤਾ। ਵੈਪਨ ਬਰਾਮਦ ਸਾਡੀ ਜੋ ਟੀਮ ਹੈ ਉਹ ਲੱਗੀ ਹੋਈ ਹੈ, ਅਤੇ ਇਹਨਾਂ ਨੇ ਗਰਾਰੀ ਨਾਲ ਉਹਨੂੰ ਰੋਡ 'ਤੇ ਲਾ ਕੇ ਉਹਦੇ ਨਾਲ ਇਹਦੇ 'ਤੇ ਹਮਲਾ ਕੀਤਾ ਸੀ ਅਤੇ ਉਹਦੇ ਨਾਲ ਉਹਦੀ ਡੈਥ ਹੋਈ। ਲਾਸ਼ ਇਹਦੀ ਬਰਾਮਦ ਹੋਈ ਲੰਬੀ ਦੇ ਨੇੜੇ, ਮੋਟਰਸਾਈਕਲ ਦੀ ਬਹਾਲ ਜਾਰੀ ਹੈ ਅਤੇ ਉਹ ਵੀ ਨਹਿਰ 'ਚੋਂ ਕੱਢਿਆ ਜਾਏਗਾ। ਨਹੀਂ, ਇਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਦੀ ਸ਼ਮੂਲੀਅਤ ਸਾਹਮਣੇ ਨਹੀਂ ਹੈ। ਅਤੇ ਇਹਦੇ ਨਾਲ ਮੈਂ ਇਹੀ ਦੱਸਣਾ ਚਾਹੁੰਦਾ ਕਿ ਸਾਡੀ ਜੋ ਮੁਕਤਸਰ ਸਾਹਿਬ ਦੀ ਪੁਲਿਸ ਹੈਗੀ, ਇਹਨਾਂ ਨੇ ਬੜਾ ਪ੍ਰੋਫੈਸ਼ਨਲੀ ਇਹਨੂੰ ਵਰਕਆਊਟ ਕਰਕੇ ਬਹੁਤ ਛੇਤੀ ਇਸ ਕੇਸ ਨੂੰ ਸੁਲਝਾਇਆ, ਜਿਸ ਤੋਂ ਪਹਿਲੇ, ਕਿਉਂਕਿ ਜੇਕਰ ਸਾਨੂੰ ਬੋਡੀ ਪਹਿਲੇ ਮਿਲ ਜਾਂਦੀ, ਇਹਨਾਂ ਦੇ 3 ਲੜਕਿਆਂ ਦਾ ਪਲਾਨ ਸੀਗਾ ਭੱਜਣ ਦਾ ਇੱਥੇ, ਅਤੇ ਉਹਨਾਂ ਨੂੰ ਭੱਜਣ ਦਾ ਮੌਕਾ ਮਿਲਿਆ ਨਹੀਂ, ਉਸ ਤੋਂ ਪਹਿਲੇ ਇਹਨਾਂ ਨੂੰ ਫੜ ਲਿਆ। ਇਹ ਪ੍ਰੈਜੈਂਸ ਔਫ ਮਾਇੰਡ ਸੀਗੀ ਜੀ, ਅਸੀਂ ਜੋ ਸਾਨੂੰ ਇੱਕ ਪ੍ਰੋਬੇਬਿਲਿਟੀ ਸੀਗੀ ਕਿ ਸਾਨੂੰ ਇੱਕ ਬਲੱਡ ਸਪੋਟਸ ਮਿਲੇ ਇੱਕ ਜਗ੍ਹਾ 'ਤੇ, ਅਤੇ ਦੂਜੀ ਸਾਈਡ ਇੱਕ ਮੁੰਡਾ ਮਿਸਿੰਗ ਹੈਗਾ, ਦੇਰ ਵਾਜ਼ ਅ ਪੋਸੀਬਿਲਿਟੀ ਕਿ ਕਨੈਕਸ਼ਨ ਹੋ ਸਕਦੀ ਹੈ, ਅਸੀਂ ਅਜ਼ਿਊਮ ਕੀਤਾ ਕਿ ਹੈਗੀ, ਅਤੇ ਅਸੀਂ ਫਿਰ ਉਹਨੂੰ ਵਰਕਆਊਟ ਕੀਤਾ ਅਤੇ ਉਹਦੇ ਤੋਂ ਕੇਸ ਸੋਲਵ ਕੀਤਾ, ਸਾਰਿਆਂ ਦੀ ਗ੍ਰਿਫਤਾਰੀ। ਨਹੀਂ, ਫੈਮਿਲੀ 7-8 ਲੜਕੇ ਨਹੀਂ ਹੈਗੇ ਜੀ, ਲੜਕੇ ਕਲੀਅਰ ਹੋ ਚੁੱਕੇ ਹੈ ਸਾਰੇ ਸਾਡੇ ਕੋਲ ਹੈਗੇ, ਸਾਰੇ ਜੋ ਇੰਟਰਵਿਊ ਅਤੇ ਇੰਟੈਰੋਗੇਸ਼ਨ ਹੈਗੀ ਉਹ ਕਲੀਅਰ ਕਰ ਲਈ ਜਾ ਰਹੀ। 3 ਲੜਕਿਆਂ ਦੇ ਮਾਮਲਾ ਦਾ ਕਾਰਨ ਇਹੀ ਸੀਗਾ, ਮੈਂ ਹੁਣੇ ਦੱਸਿਆ ਤੁਹਾਨੂੰ, ਕਾਰਨ ਇਹ ਸੀ ਉਹਨੇ ਮਨ ਦੇ ਵਿੱਚ ਰੰਜਿਸ਼ ਰੱਖੀ ਸੀ ਕਿ ਉਹਨੂੰ ਇਹ ਸ਼ੱਕ ਸੀਗਾ ਕਿ ਜੋ ਮਰਨ ਵਾਲਾ ਹੈਗਾ ਉਹਦੀ ਮੇਰੀ ਬਹਿਣ ਦੇ ਨਾਲ ਰਿਲੇਸ਼ਨ ਰਹਿ ਗਈ।
नहीं, पहले हरिदत्त तफ्तीश जो हुई है ये गल कोई सामने नहीं आई कि पुरानी लड़ाई झगड़ा हुआ। हाँ जी, इन्होंने पहला, हाँ जी, वो 18 18 19 19 साल दे गए, एक ने +1 कीती है, एक ने +2 कीती है, इन्हीं की उम्र है जी। एक क्लियर कर लें, देश दुनिया की हर खबर सबसे पहले देखने के लिए फॉलो करें दैनिक सवेरा टीवी, यूट्यूब, फेसबुक, इंस्टाग्राम, एक्स और व्हाट्सएप चैनल पर।